ये फटी नहीं है कार अभी। बाइक है, बाइक बाइक से टक्कर हुई है, टक्कर हुई बाइक से, बाइक पूरी जल गई और वो कार जल गई। बंदा अंदर ਸੜਕ ਤੇ ਮਚੀ ਅੱਗ ਦੇ ਭਾਂਬੜ। ਤਸਵੀਰਾਂ ਇੱਕ ਕਾਰ ਤੇ ਬਾਈਕ ਦੀਆਂ ਨੇ ਜੋ ਸੜਕ ਵਿਚਾਲੇ ਧੂੰ ਧੂੰ ਕਰ ਸੜ ਕੇ ਸਵਾਹ ਹੋ ਗਏ, ਜਿਨ੍ਹਾਂ ਦੀ ਪਹਿਲੇ ਟੱਕਰ ਹੁੰਦੀ ਹੈ। ਦਰਅਸਲ ਇੱਥੇ ਤੇਜ਼ ਰਫ਼ਤਾਰ ਕਾਰ ਚਾਲਕ ਦੇ ਵੱਲੋਂ ਇੱਕ ਰੈਪਿਡੋ ਬਾਈਕ ਸਵਾਰ ਨੂੰ ਟੱਕਰ ਮਾਰੀ ਜਾਂਦੀ ਹੈ, ਜਿਸ ਦਾ ਬਾਈਕ ਇਸ ਗੱਡੀ ਦੇ ਹੇਠਾਂ ਫਸ ਜਾਂਦਾ ਹੈ ਤੇ ਇੱਕ ਕਾਰ ਚਾਲਕ ਬਿਨਾਂ ਰੁਕੇ ਬਾਈਕ ਨੂੰ ਘੜੀਸਦਾ ਹੋਇਆ 3 ਕਿਲੋਮੀਟਰ ਤੱਕ ਲੈ ਜਾਂਦਾ ਹੈ, ਜਿਸ ਕਰਕੇ ਪਹਿਲਾਂ ਤਾਂ ਇਹਨਾਂ ਦੇ ਵਿੱਚੋਂ ਚੰਗਿਆੜੇ ਨਿਕਲਦੇ ਨੇ ਤੇ ਫਿਰ ਬਾਈਕ ਨੂੰ ਤੇ ਕਾਰ ਨੂੰ ਅੱਗ ਲੱਗ ਜਾਂਦੀ ਹੈ। ਗਨੀਮਤ ਇਹ ਰਹੀ ਹੈ ਕਿ ਇਸ ਦੇ ਵਿੱਚ ਕਿਸੇ ਤਰ੍ਹਾਂ ਦਾ ਕੋਈ ਜਾਨੀ ਨੁਕਸਾਨ ਨਹੀਂ ਹੋਇਆ, ਕਿਉਂਕਿ ਜਦੋਂ ਤੇਜ਼ ਰਫ਼ਤਾਰ ਕਾਰ ਦੇ ਵੱਲੋਂ ਬਾਈਕ ਸਵਾਰ ਨੂੰ ਟੱਕਰ ਮਾਰੀ ਜਾਂਦੀ ਹੈ ਤਾਂ ਇਹ ਬਾਈਕ ਸਵਾਰ ਉਛਲਦਾ ਹੋਇਆ ਸੜਕ ਦੇ ਕਿਨਾਰੇ ਡਿੱਗ ਜਾਂਦਾ ਹੈ ਅਤੇ ਉਸਦੀ ਬਾਈਕ ਇਸ ਕਾਰ ਦੇ ਹੇਠਾਂ ਫਸ ਜਾਂਦੀ ਹੈ। ਇੱਕ ਵੱਡੀ ਗੱਲ ਇਹ ਸਾਹਮਣੇ ਆ ਰਹੀ ਹੈ ਕਿ ਇਹ ਕਾਰ ਆਬਕਾਰੀ ਵਿਭਾਗ ਦੇ ਅਧਿਕਾਰੀ ਦੀ ਸੀ, ਜੋ ਕਿ ਨਸ਼ੇ ਦੇ ਵਿੱਚ ਦੱਸਿਆ ਜਾ ਰਿਹਾ ਸੀ। ਇਲਜ਼ਾਮ ਇੱਕ ਅਧਿਕਾਰੀ ਤੇ ਹੀ ਲੱਗ ਰਹੇ ਨੇ, ਜਿਸ ਨੇ ਨਸ਼ੇ 'ਚ ਧੁੱਤ ਧੋ ਕੇ ਪਹਿਲਾਂ ਤਾਂ ਇਸ ਰੈਪਿਡੋ ਬਾਈਕ ਸਵਾਰ ਨੂੰ ਟੱਕਰ ਮਾਰੀ ਤੇ ਫਿਰ ਉਸਦੀ ਬਾਈਕ ਜਦੋਂ ਕਾਰ ਦੇ ਹੇਠਾਂ ਫਸ ਗਈ ਤਾਂ ਵੀ ਇਸਨੇ ਬ੍ਰੇਕ ਨਹੀਂ ਲਗਾਈ, ਬਲਕਿ 3 ਕਿਲੋਮੀਟਰ ਤੱਕ ਇਸ ਬਾਈਕ ਨੂੰ ਘੜੀਸਦਾ ਹੋਇਆ ਲੈ ਗਿਆ, ਜਿਸ ਕਰਕੇ ਸੜਕ ਤੇ ਚੰਗਿਆੜੇ ਨਿਕਲਦੇ ਰਹੇ। ਪਰ ਇਸ ਕਾਰ ਚਾਲਕ ਨੇ ਕਾਰ ਨਹੀਂ ਰੋਕੀ ਅਤੇ ਜਿਸ ਤੋਂ ਬਾਅਦ ਦੋਨਾਂ ਨੂੰ ਹੀ ਅੱਗ ਲੱਗ ਗਈ। ਤਸਵੀਰਾਂ ਦੇਖੋ ਕਿ ਬਾਈਕ ਤਾਂ ਪੂਰੀ ਤਰ੍ਹਾਂ ਸੜ ਕੇ ਸਵਾਹ ਹੋ ਗਈ ਹੈ ਤੇ ਕਾਰ ਦੇ ਵਿੱਚੋਂ ਵੀ ਅੱਗ ਦੇ ਭਾਂਬੜ ਨਿਕਲ ਰਹੇ ਨੇ। ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ ਤੇ ਪਹੁੰਚੀਆਂ ਤੇ ਅੱਗ ਤੇ ਕਾਬੂ ਪਾਇਆ ਗਿਆ, ਪਰ ਉਦੋਂ ਤੱਕ ਕਾਰ ਤੇ ਬਾਈਕ ਦੋਵੇਂ ਸੜ ਕੇ ਸਵਾਹ ਹੋ ਚੁੱਕੇ ਸਨ। ਫਿਲਹਾਲ ਪੁਲਿਸ ਦੇ ਵੱਲੋਂ ਕਾਰ ਚਾਲਕ ਨੂੰ ਗ੍ਰਿਫਤਾਰ ਵੀ ਕੀਤਾ ਗਿਆ ਹੈ ਅਤੇ ਉਸਦਾ ਮੈਡੀਕਲ ਵੀ ਕਰਵਾਇਆ ਗਿਆ ਹੈ। ਅੱਗੇ ਦੀ ਕਾਰਵਾਈ ਦੀ ਗੱਲ ਆਖੀ ਜਾ ਰਹੀ ਹੈ। ਤਸਵੀਰਾਂ ਦਿੱਲੀ ਦੀਆਂ ਨੇ, ਦਿੱਲੀ ਦੇ ਵਿੱਚ ਹੀ ਇਹ ਸਭ ਕੁਝ ਵਾਪਰਿਆ, ਜਿੱਥੇ ਇੱਕ ਤੇਜ਼ ਰਫ਼ਤਾਰ ਕਾਰ ਚਾਲਕ ਦੇ ਵੱਲੋਂ ਪਹਿਲਾਂ ਤਾਂ ਬਾਈਕ ਸਵਾਰ ਨੂੰ ਟੱਕਰ ਮਾਰੀ ਜਾਂਦੀ ਹੈ ਤੇ ਫਿਰ ਬਾਈਕ ਇਸ ਕਾਰ ਦੇ ਹੇਠਾਂ ਫਸ ਜਾਂਦੀ ਹੈ। 3 ਕਿਲੋਮੀਟਰ ਤੱਕ ਬਾਈਕ ਨੂੰ ਘੜੀਸਿਆ ਜਾਂਦਾ ਹੈ ਕਾਰ ਦੇ ਹੇਠਾਂ, ਜਿਸ ਕਰਕੇ ਕਾਰ ਤੇ ਬਾਈਕ ਦੋਨਾਂ ਨੂੰ ਅੱਗ ਲੱਗ ਜਾਂਦੀ ਹੈ। ਗਨੀਮਤ ਰਹੀ ਹੈ ਕਿ ਕਿਸੇ ਤਰ੍ਹਾਂ ਦਾ ਕੋਈ ਵੀ ਜਾਨੀ ਨੁਕਸਾਨ ਨਹੀਂ ਹੋਇਆ। ਪੁਲਿਸ ਆਪਣੀ ਕਾਰਵਾਈ ਕਰ ਰਹੀ ਹੈ।